ਜੀ ਇੱਧਰ ਬੈਠੇ ਜੇ ਚੱਲ ਜ਼ਿਆਦਾ ਨੀ, ਦੋ ਚਾਰ ਘੰਟੇ ਦਿਨ ਚ ਲਾਇਆ ਕਰ, ਦੋ ਚਾਰ ਘੰਟੇ, ਦੋ ਸਵੇਰੇ ਪੜ੍ਹ, ਦੋ ਸ਼ਾਮੀ ਪੜ੍ਹ, ਠੀਕ ਆ? ਮੁੜ ਕੇ ਆਪਣਾ ਨਹਾ ਨੂੰ ਲਾ ਜੇ, ਨਹਾਤਾ ਨੀ ਤੂੰ, ਕਿੰਨਾ ਟਾਈਮ ਹੋ ਗਿਆ ਵਾ? ਬੱਚਿਆਂ ਨੂੰ ਮਾਵਾਂ ਦਾ ਡਰ ਨੀ ਹੁੰਦਾ, ਪਿਓਵਾਂ ਦਾ ਹੀ ਹੁੰਦਾ ਵਾ, ਥੋੜਾ ਜਿਹਾ ਦਬਕਾ ਹੁੰਦਾ ਰੱਖੋ, ਉਹਦੇ ਨੇ ਪੜ੍ਹਨ ਡੈ ਪੜਾ, ਕੁਆਲਿਆ ਪੈਲਿਆ ਵੀ ਮੁੰਡੇ ਨੂੰ ਕਿ ਜਾਂ ਪੜੀ ਜਾਣ ਡਿਆ, ਕੋਈ ਦਿੱਤਾ ਇਹਨੂੰ ਠੰਡਾ ਠੰਡਾ ਕੋਈ ਚਾਹ ਜੂ? ਲੱਗੀ ਹੁੰਦੇ ਕੋਟ ਦੀ, ਕਿਹਦਾ ਕਿ ਆਉਂਦੀ, ਜਾ ਲਿਆ ਕੇ ਪਹਿਲਾਂ ਮੁੰਡੇ ਨੂੰ ਜਾਂਦੀ। ਫੋਨ ਫੜਾ ਦਿੰਦੀ ਆ ਤੇ ਆਪ ਮੰਮੀ ਕਹਿੰਦੀ ਆ ਮੈਂ ਕੰਮ ਕਰਨਾ ਵਾ। ਤੈਨੂੰ ਮੈਂ ਦੱਸਾਂਗਾ ਲੈ ਕਮਾਂ ਤਾਂ ਕਸੂਰ ਇਹਦੀ ਮਾਂ ਦਾ ਹੀ ਨਿਕਲਣਾ ਵਾ ਮਗਰੋਂ ਥੋੜੀ। ਇਹ ਸਭ ਰਲ ਮਿਲ ਕੇ ਕੰਮ ਚੱਲਦਾ। ਤੇ ਜੇ ਤੁਸੀਂ ਰਾਤ ਨੂੰ ਸੌ ਜਾਂਦੇ ਮੰਮੀ ਦੇ ਨਾਲ ਸਲਾਹ ਕਰ ਲੈਂਦਾ ਕਿ ਮੈਂ ਸਵੇਰੇ ਕਰਨੀ ਛੁੱਟੀ ਤੇ ਤੂੰ ਪਾਪਾ ਨੂੰ ਕਹਦੀ ਮੇਰੇ ਢਿੱਡ ਪੀੜ ਹੁੰਦੀ ਤੇ ਮੈਨੂੰ ਆਹ ਹੁੰਦਿਆ। ਤੇ ਪੜ੍ਹਾਈ ਇਹਦੇ ਹੀ ਕੰਮ ਹੋਣੀ ਆ। ਹਾਂਜੀ ਕਸੂਰੇ ਦੀ ਮਾਂ ਦਾ ਨਿਕਲਣਾ ਮਾਂ ਮਗਰੋਂ ਥੋੜੀ ਦੇਰ। ਹਾਂਜੀ ਮਾਰਾ ਆਵਾਜ਼ ਉਹਨੂੰ ਕਿੱਥੇ ਆ ਅੰਮਾ ਸੋਲੀਆਂ ਸਾਰੀਆਂ ਗੱਲਾਂ ਵੋਟਾਂ ਦੇਣ ਦੀ ਆ ਪਾਪਾ ਨੂੰ। ਆਹੋ ਗਲਤੀ ਹੋਊਗੀ ਤੇ ਫੇਰ ਹੀ ਆ, ਗਲਤੀ ਹੋਊ ਤੇ ਬੱਚੇ ਕਹਿੰਦੇ ਆ ਤੇ ਬੱਚੇ ਨੂੰ ਕਿੰਨਾ ਕੁ ਪੜਾਈ, ਇਹ ਤੇ ਵਿਚਾਰਾ ਨਿਆਣਾ ਵਾ, ਇਹਨੇ ਤੇ ਉਦਾਂ ਹੀ ਮੰਨ ਜਾਣਾ ਜਿੱਦਾਂ ਤੂੰ ਕਹਿੰਦਾ ਕਸੂਰ ਤੇਰਾ ਵਾ, ਸਾਰਾ ਫੋਨ ਮਗਰੋਂ ਫੜਾ ਦਿੰਦੇ ਜਦੋਂ ਕਿ ਮੈਂ ਉਹਨਾਂ ਦਾ ਤਾਂ ਕਿਤਾਬ ਫੜਾ ਦਿੰਦੀ ਅੱਗੇ ਨੂੰ ਤੇ ਕਹਿਣ ਦੀ ਸਵੇਰ ਦਾ ਪੜ੍ਹ ਲਿਆ ਪੜ੍ਹ ਲਿਆ ਮੈਂ ਕਿਹਾ ਦੋ ਘੰਟੇ ਸਵੇਰੇ ਤੇ ਦੋ ਸ਼ਾਮਾਂ ਨੂੰ ਪੜ੍ਹ ਤੇ ਤੂੰ ਜੋ ਪਤਾ ਲੱਗ ਗਿਆ ਨਾ ਵੀ ਉਹਨੇ ਆਉਣਾ ਵਾ ਤੇ ਤੈਨੂੰ ਕਿਤਾਬ ਫੜਾ ਦਿੰਦੀ ਆ ਤੇ ਫੋਨ ਲੜਾ ਲਿਆ ਨਾ। ਨਹੀਂ ਨਹੀਂ ਉਹ ਕਰਨੀ ਆ ਪੜ੍ਹ ਨੂੰ ਤੂੰ ਸਹੀ ਗੱਲ ਕਰਨੀ ਆ, ਮੈਂ ਸਹੀ ਕੀਤੀ ਆ ਮੰਮਾ ਕਰਦੇ ਇਦਾਂ ਹੀ ਮੈਂ ਪਾਪਾ ਦੀ ਸਾਈਡ ਲੈਣੀ ਆ। ਠੀਕ ਆ ਜ਼ਿੰਮੇਵਾਰੀ ਤੇਰੀ ਬਣਦੀ ਆ, ਇਹ ਜ਼ਿੰਮੇਵਾਰੀ ਬੱਚੇ ਪਾਲਣੇ ਪੜ੍ਹਾਉਣੇ ਵਿਹਾਉਣੇ ਇਹ ਤੇਰੀ ਜ਼ਿੰਮੇਵਾਰੀ ਆ, ਇਹ ਕੋਈ ਅਲੋਕਾਰ ਨੀ ਦੁਨੀਆਂ ਤੋਂ ਤੂੰ ਕਰਨ ਦੀ, ਸਾਰੇ ਕਰਨ ਡੇ, ਪਿਓ ਜਿੰਨੇ ਜੋਗਾ ਕਰਨ ਡਿਆ ਵਾ, ਕਰਨ ਡਿਆ ਤੇ ਕਿਤਾਬ ਪੜ੍ਹੀ ਆ, ਤੇਰੇ ਹੁੰਦੇ ਤੇ ਮੋਬਾਈਲ ਹੀ ਫੜਨਾ ਜਿੰਨੇ ਨਿੰਬੂ ਪਾਣੀ ਪੀ ਲਿਆ ਕਰੋ, ਦੁਪਹਿਰੇ ਲਿਆ ਦੇ ਮੈਨੂੰ ਕਰੋ ਤੂੰ ਮਾਂ ਤੂੰ ਝੂਠੀ ਪਾਪਾ ਨੂੰ ਗੱਲਾਂ ਲਾ ਗਈ ਆ, ਮੈਂ ਦਿਲੋਂ ਪਾਂਡਿਆ ਵਾ, ਸਵੇਰ ਦਾ ਤੁਹਾਨੂੰ ਮੈਂ ਫੋਨ ਫੜਾਇਆ, ਇੱਕ ਮਿੰਟ ਵੀ ਮੈਂ ਇੱਥੇ ਉੱਠਿਆ ਵਾ, ਰੋਟੀ ਖਾਣ ਲੱਗਿਆ ਉੱਠਿਆ, ਉਦੋਂ ਦਾ ਮੈਂ ਸਾਰਾ ਹੀ ਪਾਂਡਿਆ ਵਾ, ਸਾਰਾ ਪੜ ਲਿਆ ਮੈਂ। ਮਾਂ ਤੇ ਤਾਂ ਸਾਰੇ ਕਵਾੜੇ ਆ, ਆਉਂਦੇ ਤੇ ਆਪਣੇ ਪਾਪਾ ਨੂੰ ਚੁੱਕਣ ਡੈ ਪੈਂਦੀ ਓ, ਗੱਲਾਂ ਝੂਠ ਮਾਰਦੀ ਆ, ਪਾਪਾ ਮੈਨੂੰ ਗੁੱਸੇ ਹੋਣ ਡੈ ਪੈਂਦੇ ਤੇ ਬਾਅਦ ਤੁਹਾਨੂੰ ਹੋਣ ਡੈ ਪੈਂਦੇ ਆ, ਉਹੀ ਤੇ ਗੱਲ ਆ ਲੈਂਦੇ ਨੂੰ। ਮਾਂ ਦਾ ਵੀ ਕਸੂਰ ਵਾ ਕੇ
ਮਾਂ ਤਾਂ ਦੱਸ ਦਿੰਦੀ ਪਾਪਾ ਆਪਣੇ ਨੂੰ ਆਉਂਦੇ ਕੰਨ ਭਰ ਦਿੰਦੀ ਆ ਤੇ ਉਹ ਸਾਡੇ ਦੁਆਲੇ ਹੋ ਜਾਂਦੇ ਆ। ਹਾਂਜੀ ਹੁਣੇ ਮੈਨੂੰ ਕਹਿਣ ਡੇ ਸੀ ਤੇ ਬਸ ਤੁਹਾਨੂੰ ਕਹਿਣ ਡੇ ਪਏ ਆ। ਉਹੀ ਤੇ ਗੱਲ ਆ ਕੀ ਹੈ ਜੇ ਝੂਠ ਫੇਰੇ ਤਾਂ ਹੀ ਬੋਲਦੀ ਹੈ ਜਦੋਂ ਤੁਸੀਂ ਇਹਨੂੰ ਬਿਠਾ ਛੱਡਣਾ। ਜੇ ਇਹਨੂੰ ਆਪ ਨੂੰ ਆਉਂਦਾ ਪੜ੍ਹਨਾ ਤੇ ਰੋਜ਼ ਪਾਪਾ ਨੂੰ ਮੇਰੇ ਦੁਆਲੇ ਕਰਾ ਦਿੰਦੀ ਆ। ਨਾ ਮੈਂ ਕੱਲ ਫੋਨ ਫੜਿਆ ਨਾ ਮੈਂ ਅੱਜ ਫੜਿਆ, ਤੁਹਾਨੂੰ ਕੱਲ ਦਾ ਫੋਨ ਫੜਾਇਆ ਵਾ ਤੇ ਮੈਂ ਕੱਲ ਦਾ ਪੜ੍ਹ ਲਿਆ ਚੰਗੀ ਤਰ੍ਹਾਂ। ਚੱਲ ਪੁੱਤ ਤੂੰ ਏਦਾਂ ਪੜ੍ਹਿਆ ਕਰ ਠੀਕ ਆ। ਹਾਂਜੀ ਨਾਲੇ ਨਾ ਮੈਨੂੰ ਝਿੜਕਾਂ ਪੈਣਗੀਆਂ ਨਾ ਤੈਨੂੰ ਪੈਣਗੀ। ਮੇਰੀ ਕੋਈ ਗਲਤੀ ਨੀ ਪਰ ਮਾਂ ਦੀ ਗਲਤੀ ਹੈਗੀ ਆ ਨਾ, ਮਾਂ ਤੇ ਜਿਹੜੀ ਆਪਣੇ ਪਾਪਾ ਨੂੰ ਕਹਿੰਦੀ ਉਹਦੀ ਗਲਤੀ ਆ, ਮੈਨੂੰ ਮੈਂ ਗਾਲਾਂ ਪਵਾ ਦਿੰਦੀ ਰੋਜ਼ ਹੀ। ਚੱਲ ਕੋਈ ਗੱਲ ਨੀ ਹੁਣ ਤੂੰ ਪੜ੍ਹਿਆ ਕਰ। ਯਾਰ ਮੰਮੀ ਸੋਰੀ। ਹੁਣ ਸੋਰੀਆਂ ਕਾਹਦੀਆਂ ਪੁੱਤ, ਸਾਰਾ ਤੇ ਤੂੰ ਆਪਣੇ ਪਾਪਾ ਨੂੰ ਦੱਸਦਾ ਤੇ ਸਾਨੂੰ ਝਿੜਕਾ ਮਾਰ ਕੇ ਤੇ ਫਿਰ ਚਲ ਗਏ ਹੋ। ਚਾਹੇ ਕੋਈ ਗੱਲ ਨੀ ਮੰਮੀ, ਸੱਚ ਸੱਚ ਹੁੰਦਾ, ਕਦੀ ਆਪਣੇ ਪਰਿਵਾਰ ਕੋ ਗੱਲ ਨਹੀਂ ਲੁਕਾਉਣੀ ਚਾਹੀਦੀ। ਪਰਿਵਾਰ ਕੋ ਪਤਾ ਕਈ ਗੱਲਾਂ ਇੱਦਾਂ ਨਹੀਂ ਹੁੰਦੀਆਂ, ਮੈਂ ਹੁਣ ਮੈਨੂੰ 24 ਘੰਟੇ ਕਿੱਦਾਂ ਪੜ੍ਹਨ ਦਾ ਸਕਦਾ। ਤੇ 24 ਘੰਟੇ ਜਦੋਂ ਪਾਪਾ ਨੇ ਕਿਹਾ 2 ਘੰਟੇ ਸਵੇਰ ਰਹੋ 2 ਘੰਟੇ ਸ਼ਾਮ ਰਹੋ ਤੇ ਆਪਣੇ ਆਪ ਹੀ ਨਾ ਕੋ ਹੋ ਗਿਆ। ਤੂੰ ਹੁਣ ਲੱਕੜੀ ਦੇ ਆਪਣਾ ਸਿਰ ਪਿੰਡ ਨਹਾ। ਹਾਂਜੀ ਤੇ ਸਵੇਰੇ ਸਕੂਲੇ ਜਾਣਾ ਤੇ ਟੈਸਟ ਜਿਹੜੇ ਹੋਣੇ ਆ ਨਾ ਤੇਰੇ, ਨੰਬਰ ਲਿਆ ਕੇ ਪੂਰੇ ਪੂਰੇ ਉਹ ਖਾ ਲੈਣੇ ਆ। ਠੀਕ ਹੈ ਠੀਕ ਆ। ਹਾਂਜੀ ਚਲੋ ਉੱਠੋ ਨਹਾਓ।